ਤੁਸੀਂ ਜੁੜੇ ਹੋ ਖਾਲਿਸ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਗੱਲ ਕਰਦੇ ਹਾਂ ਪਲਾਸਟਿਕ ਪ੍ਰਦੂਸ਼ਣ ਦੀ ਕਿ ਕਿਸ ਤਰ੍ਹਾਂ ਪਲਾਸਟਿਕ ਪ੍ਰਦੂਸ਼ਣ ਹੈ ਦੁਨੀਆ ਦੇ ਵਿੱਚ ਵਧਦਾ ਜਾ ਰਿਹਾ ਹੈ ਤੇ ਭਾਰਤ ਦੇ ਵਿੱਚ ਹਰ ਸਾਲ ਕਿੰਨੇ ਮਿਲੀਅਨ ਟਨ ਪਲਾਸਟਿਕ ਪ੍ਰਦੂਸ਼ਣ ਪੈਦਾ ਹੁੰਦਾ ਹੈ ਭਾਰਤੀਕ ਪਲਾਸਟਿਕ ਕੂੜਾ ਉਤਪਾਦਨ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਅੱਗੇ ਹੈ ਤੇ ਹਰ ਸਾਲ 12 ਮਿਲੀਅਨ ਟਨ ਕੂੜਾ ਪੈਦਾ ਕਰਦਾ ਜੋ ਕਿ ਦੂਜੇ ਵੱਡੇ ਪ੍ਰਦੂਸ਼ਣ ਵਾਲੇ ਦੇਸ਼ਾਂ ਨਾਲੋਂ 20 ਗੁਣਾ ਹੈ ਜਾਨੀ ਕਿ ਜਿਹੜੇ ਦੇਸ਼ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ ਕਿ ਸਭ ਤੋਂ ਵਾਧ ਪ੍ਰਦੂਸ਼ਣ ਪੈਦਾ ਕਰਦੇ ਨੇ ਭਾਰਤ ਉਹਨਾਂ ਨਾਲੋਂ ਵੀ ਅੱਗੇ ਆ। ਇਹ ਜਾਣਕਾਰੀ ਇੱਕ ਨਵੇਂ ਅਧਿਐਨ ਦੇ ਵਿੱਚ ਦਿੱਤੀ ਗਈ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆ ਯੂਨੀਵਰਸਿਟੀ ਆਫ ਲੀਡਜ਼ ਉੱਥੇ ਇੱਕ ਖੋਜ ਹੋਈ ਹੈ ਤੇ ਜੋ ਖੋਜ ਕਰਤਾ ਸੀ ਉਹਨਾਂ ਦੇ ਅਨੁਸਾਰ ਵਿਸ਼ਵ ਦੇ ਵਿੱਚ ਹਰ ਸਾਲ 57 ਮਿਲੀਅਨ ਟਨ ਪਲਾਸਟਿਕ ਪ੍ਰਦੂਸ਼ਣ ਪੈਦਾ ਹੁੰਦਾ ਹੈ ਜੋ ਕਿ ਸਭ ਤੋਂ ਡੂੰਘੇ ਸਮੁੰਦਰਾਂ ਤੋਂ ਉੱਚੇ ਪਹਾੜਾਂ ਦੀਆਂ ਚੋਟੀਆਂ ਤੱਕ ਤੇ ਲੋਕਾਂ ਦੇ ਸਰੀਰ ਤੱਕ ਫੈਲ ਗਿਆ ਹੈ ਇਸ ਤੋਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਅਸਰ ਕਰ ਰਿਹਾ ਹੈ ਪਲਾਸਟਿਕ ਪ੍ਰਦੂਸ਼ਣ ਤਾਂ ਰਿਸਰਚ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਪ੍ਰਦੂਸ਼ਣ ਦਾ 2/3 ਤੋਂ ਵੱਧ ਹਿੱਸਾ ਅਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਤੋਂ ਆਉਂਦਾ ਹੈ ਯਾਨੀ ਕਿ ਜਿਹੜੇ ਦੇਸ਼ ਵਿਕਸਿਤ ਨਹੀਂ ਹੈ ਉੱਥੋਂ ਵੀ ਆਉਂਦਾ ਹੈ ਤੇ ਜਿਹੜੇ ਦੇਸ਼ ਬਹੁਤ ਜ਼ਿਆਦਾ ਵਿਕਸਿਤ ਨੇ ਉੱਥੋਂ ਵੀ ਆਉਂਦਾ ਹੈ ਤਾਂ ਖੋਜਕਰਤਾਵਾਂ ਦੇ ਮੁਤਾਬਕ ਹਰ ਸਾਲ ਇੰਨਾ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਕਿ ਨਿਊਯਾਰਕ ਸਿਟੀ ਦੇ ਸੈਂਟਰਲ ਪਾਰਕ ਦੇ ਵਿੱਚ ਪਲਾਸਟਿਕ ਦੇ ਕੂੜੇ ਦਾ ਪਹਾੜ ਐਮਪਾਇਰ ਸਟੇਟ ਬਿਲਡਿੰਗ ਜਿੰਨਾ ਉੱਚਾ ਹੋ ਸਕਦਾ ਹੈ ਹਾਲਾਂਕਿ ਇਸ ਅਧਿਐਨ ਦੇ ਵਿੱਚ ਖੁੱਲੇ ਵਾਤਾਵਰਣ ਦੇ ਵਿੱਚ ਸੁੱਟੇ ਜਾਣ ਵਾਲੇ ਪਲਾਸਟਿਕ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਇਸੇ ਵਿੱਚ ਪਲਾਸਟਿਕ ਦਾ ਕੂੜਾ ਸ਼ਾਮਿਲ ਨਹੀਂ ਹੈ ਜੋ ਲੈਂਡਫਿਲ ਦੇ ਵਿੱਚ ਜਾਂਦਾ ਹੈ ਜਾਂ ਜਿਸ ਨੂੰ ਸਹੀ ਢੰਗ ਦੇ ਨਾਲ ਸਾੜਿਆ ਜਾਂਦਾ ਹੈ ਅਧਿਆਨ ਦੇ ਲੇਖਕਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਕੂੜੇ ਨੂੰ ਇਕੱਠਾ ਕਰਨ ਤੇ ਨਿਪਟਾਉਣ ਦੇ ਵਿੱਚ ਅਸਫਲ ਰਹਿੰਦੀਆਂ ਨੇ ਤੇ ਇਹ ਇੱਕ ਵੱਡਾ ਕਾਰਨ ਹੈ ਕਿ ਸਭ ਤੋਂ ਵੱਧ ਕੂੜਾ ਪਲਾਸਟਿਕ ਦਾ ਜੋ ਕੂੜਾ ਹੈ ਦੱਖਣੀ ਪੂਰਬੀ ਏਸ਼ੀਆ ਤੇ ਉਪਸਹਾਰਾ ਅਫਰੀਕਾ ਦੇ ਵਿੱਚ ਪੈਦਾ ਹੁੰਦਾ ਹੈ ਅਧਿਐਨ ਦੇ ਵਿੱਚ ਰਿਸਰਚ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਲਾਸਟਿਕ ਕਚਰੇ ਲਈ ਜ਼ਿੰਮੇਵਾਰ ਲੋਕਾਂ ਦੇ ਵਿੱਚ ਭਾਰਤ ਦੇ ਵਿੱਚ 255 ਮਿਲੀਅਨ ਲੋਕ ਸ਼ਾਮਿਲ ਨੇ ਯਾਨੀ ਕਿ ਭਾਰਤ ਦੇ ਲੋਕ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਨ ਦੇ ਵਿੱਚ ਸ਼ਾਮਿਲ ਨੇ ਇਹ ਰਿਸਰਚ ਕਹਿੰਦੀ ਹੈ ਪਲਾਸਟਿਕ ਪ੍ਰਦੂਸ਼ਣ ਪੈਦਾ ਕਰਨ ਵਾਲੇ ਜੇਕਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਨਵੀਂ ਦਿੱਲੀ ਲੁਆਂਡਾ ਅੰਗੋਲਾ ਕਰਾਚੀ ਅਤੇ ਅਲ ਕਾਹਿਰਾ ਵਰਗੇ ਦੇਸ਼ ਹਨ ਖੋਜ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਭਾਰਤ ਪਲਾਸਟਿਕ ਦੇ ਕੂੜੇ ਦੇ ਉਤਪਾਦਨ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਅੱਗੇ ਹੈ ਤੇ ਹਰ ਸਾਲ 12 ਮਿਲੀਅਨ ਟਨ ਪਲਾਸਟਿਕ ਕੂੜਾ ਪੈਦਾ ਕਰਦਾ ਹੈ ਜੋ ਕਿ ਦੁਜੇ ਦੋ ਸਭ ਤੋਂ ਵੱਡੇ ਪ੍ਰਦੂਸ਼ਣ ਵਾਲੇ ਦੇਸ਼ਾਂ ਜਿਸ ਦੇ ਵਿੱਚ ਨਾਈਜੀਰੀਆ ਸ਼ਾਮਿਲ ਹੈ ਤਾਂ ਇੰਡੋਨੇਸ਼ੀਆ ਸ਼ਾਮਿਲ ਹੈ ਉਹਨਾਂ ਨੂੰ ਸਭ ਤੋਂ ਵੱਡੇ ਪ੍ਰਦੂਸ਼ਣ ਵਾਲੇ ਦੇਸ਼ ਕਿਹਾ ਜਾਂਦਾ ਹੈ ਤੇ ਉਹਨਾਂ ਤੋਂ ਵੀ ਦੁੱਗਣਾ ਕੂੜਾ ਜੋ ਪਲਾਸਟਿਕ ਦਾ ਹੈ ਉਹ ਭਾਰਤ ਦੇ ਵਿੱਚ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਚੀਨ ਇਸ ਮਾਮਲੇ ਦੇ ਵਿੱਚ ਚੌਥੇ ਸਥਾਨ ਤੇ ਆ ਪਰ ਉਹ ਕੂੜਾ ਘਟਾਉਣ ਦੇ ਵਿੱਚ ਹੁਣ ਕਾਫੀ ਤਰੱਕੀ ਕਰ ਰਿਹਾ ਹੈ ਅਧਿਐਨ ਦੇ ਅਨੁਸਾਰ ਅਮਰੀਕਾ 52500 ਟਨ ਤੋਂ ਵੱਧ ਪਲਾਸਟਿਕ ਪ੍ਰਦੂਸ਼ਣ ਦੇ ਨਾਲ 90ਵੇਂ ਨੰਬਰ ਤੇ ਆ ਤੇ ਯੂਕੇ ਲਗਭਗ 5100 ਟਨ ਦੇ ਨਾਲ 135ਵੇਂ ਸਥਾਨ ਤੇ ਆ ਮਾਹਿਰ ਇਸ ਨੂੰ ਲੈ ਕੇ ਚਿੰਤਿਤ ਨਹੀਂ ਚਿੰਤਿਤ ਇਸ ਕਰਕੇ ਨਹੀਂ ਕਿਉਂਕਿ ਇਹ ਅਧਿਐਨ ਦੇ ਵਿੱਚ ਸਿਰਫ ਪਲਾਸਟਿਕ ਉਦਯੋਗ ਨੂੰ ਸ਼ਾਮਿਲ ਹੈ ਨਹੀਂ ਕੀਤਾ ਗਿਆ ਕਿਉਂਕਿ ਸਮੁੱਚੇ ਪਲਾਸਟਿਕ ਉਤਪਾਦਨ ਦੀ ਬਜਾਏ ਸਿਰਫ ਪ੍ਰਦੂਸ਼ਣ ਤੇ ਕੇਂਦਰ ਸੀ ਹਾਲਾਂਕਿ ਜਿੱਥੇ ਪਲਾਸਟਿਕ ਪੈਦਾ ਹੁੰਦਾ ਹੈ ਉਹਨਾਂ ਫਰਮਾਂ ਨੂੰ ਇਸ ਅਧਿਐਨ ਦੇ ਵਿੱਚ ਇਸ ਰਿਸਰਚ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਕਿਉਂਕਿ ਪਲਾਸਟਿਕ ਬਣਾਉਣ ਦੇ ਨਾਲ ਵੱਡੀ ਮਾਤਰਾ ਦੇ ਵਿੱਚ ਗ੍ਰੀਨ ਹਾਊਸ ਗੈਸਾਂ ਨਿਕਲਦੀਆਂ ਨੇ ਜੋ ਜਲਵਾਯੂ ਤਬਦੀਲੀ ਦੇ ਵਿੱਚ ਭੂਮਿਕਾ ਨਿਭਾਉਂਦੀਆਂ ਨੇ ਜਿਸ ਤੇ ਨਾਲ ਜੋ ਵਾਤਾਵਰਣ ਦਾ ਪ੍ਰਦੂਸ਼ਣ ਹੈ ਉਹ ਫੈਲਦਾ ਹੈ ਸੋ ਜੋ ਪਲਾਸਟਿਕ ਹੈ ਕਿਸ ਤਰ੍ਹਾਂ ਕਿੰਨਾ ਜੋ ਪ੍ਰਦੂਸ਼ਣ ਫੈਲਾ ਰਹੀ ਹੈ ਤੇ ਭਾਰਤ ਦਾ ਨੰਬਰ ਇਸ ਦੇ ਵਿੱਚ ਸਭ ਤੋਂ ਅੱਗੇ ਆ ਗਿਆ ਇੱਕ ਧਿਆਨ ਦੇ ਵਿੱਚ ਇਹ ਖੁਲਾਸਾ ਹੋਇਆ